ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰਜ਼ 'ਤੇ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪੰਜਾਬ ਦੀਆਂ ਔਰਤਾਂ ਲਈ ਐਲਾਨ ਕੀਤਾ ਗਿਆ ਹੈ ਕਿ ਹੁਣ ਉਹਨਾਂ ਨੂੰ ਸਰਕਾਰੀ ਬੱਸਾਂ ਦੇ ਵਿੱਚ ਅੱਧਾ ਬੱਸ ਕਿਰਾਇਆ ਦੇਣਾ ਪਵੇਗਾ। ਇੱਕ ਰਾਹਤ ਦਾ ਜਿਹੜਾ ਹੈਗਾ ਫੈਸਲਾ ਦਿੱਤਾ ਗਿਆ ਹੈ, ਪਰੰਤੂ ਇਸ ਫੈਸਲੇ ਨੂੰ ਲੈ ਕੇ ਲੜਕੀਆਂ ਦੇ ਵਿੱਚ, ਔਰਤਾਂ ਦੇ ਵਿੱਚ ਕੀ ਚਰਚਾ ਹੈ, ਕੀ ਕਹਿਣਾ ਹੈ ਔਰਤਾਂ ਦਾ, ਲੜਕੀਆਂ ਦਾ, ਉਹ ਗੱਲ ਕਰਦੇ ਹਾਂ ਲੋਕਾਂ ਦੇ ਨਾਲ, ਔਰਤਾਂ ਦੇ ਨਾਲ। ਕੀ ਨਾਮ ਹੈ ਜੀ ਆਪਣਾ? ਜਸਵੀਰ ਕੌਰ ਜੀ। ਕਿੱਥੇ ਸਫ਼ਰ ਕਰ ਰਹੇ ਤੁਸੀਂ? ਹੁਸ਼ਿਆਰਪੁਰ ਜਾਣਾ। ਅੱਛਾ, ਜਿਹੜਾ ਕੈਪਟਨ ਸਰਕਾਰ ਵੱਲੋਂ ਔਰਤਾਂ ਲਈ ਕਿਰਾਇਆ ਅੱਧਾ ਕੀਤਾ ਬੱਸਾਂ ਦਾ, ਕੀ ਕਹਿਣਾ ਚਾਹੁੰਦੇ ਹੋ? ਬਹੁਤ ਅੱਛਾ ਫੈਸਲਾ ਜੀ ਔਰਤਾਂ ਲਈ ਤਾਂ। ਹਾਂਜੀ, ਅਤੇ ਹੋਰ ਵੀ ਰਾਹਤ ਮਿਲਣੀ ਚਾਹੀਦੀ ਹੈ ਬਿਜਲੀ ਦੇ ਬਿੱਲ ਹੋਰ ਜਿਹੜੀ ਹੈਗੀ? ਹਾਂਜੀ, ਮਿਲਣੀ ਚਾਹੀਦੀ, ਬਿਜਲੀ ਦੇ ਬਿੱਲ ਬਹੁਤ ਆਉਂਦੇ ਪੰਜਾਬ ਵਿੱਚ ਜੀ। ਹੈ ਤਾਂ ਵਧੀਆ ਆ, ਪਰ ਅੱਜ ਤਾਂ ਅਸੀਂ ਜਾ ਰਹੇ ਹਾਂ, ਪਰ ਹਜੇ ਅੱਧੀ ਟਿਕਟ ਹੋਈ ਨਹੀਂ ਗੀ। ਅੱਛਾ, ਪੂਰੀ ਕਿਰਾਇਆ ਲੱਗਿਆ? ਹਾਂਜੀ, ਪੂਰਾ ਹੀ ਲੱਗਿਆ ਆ। ਅੱਛਾ, ਤੇ ਹੋਰ ਵੀ ਕੀ ਕਹਿਣਾ ਚਾਹੁੰਦੇ, ਹੋਰ ਕੀ ਰਾਹਤ ਮਿਲਣੀ ਚਾਹੀਦੀ ਪੰਜਾਬ ਵਿੱਚ, ਕਿਹੜੀ ਕਿਹੜੀ ਚੀਜ਼ਾਂ? ਮਹਿੰਗਾਈ ਆ, ਮਹਿੰਗਾਈ ਹਰ ਇੱਕ ਚੀਜ਼ ਦੀ ਆ, ਮਹਿੰਗਾਈ ਤਾਂ ਮਹਿੰਗਾਈ ਆ, ਜਿਹੜੀ ਚੀਜ਼ ਨੂੰ ਹੱਥ ਪਾਓ, ਸਿਲੰਡਰ ਇੰਨਾ ਮਹਿੰਗਾ ਹੋ ਗਿਆ ਆ, ਕਿਰਾਇਆ ਤਾਂ ਹਰ ਇੱਕ ਚੀਜ਼ ਦਾ ਇੰਨਾ ਮਹਿੰਗਾ, ਕੋਈ ਕਿਤੇ ਜਾ ਨਹੀਂ ਸਕਦਾ ਹੈਗਾ, ਬਿਜਲੀ ਦਾ ਬਿੱਲ ਇੰਨਾ ਮਹਿੰਗਾ ਹੋਇਆ, ਕੋਈ ਵੀ ਚੀਜ਼ ਦੀ ਹੈ ਹੀ ਨਹੀਂ ਗੀ, ਰਾਹਤ ਹੈ ਹੀ ਨਹੀਂ ਗੀ। ਸਬਜ਼ੀ ਭਾਜੀ ਤਾਂ ਦੇਖ ਲਓ, ਮਤਲਬ ਹਰ ਇੱਕ ਚੀਜ਼ ਦਾ ਹੋਣਾ ਚਾਹੀਦਾ ਥੋੜ੍ਹਾ ਜਿਹਾ, ਅਤੇ ਵਿਰੋਧੀ ਪਾਰਟੀਆਂ ਨੇ ਕਹਿਣਾ ਵੀ ਸਿਆਸੀ ਰਾਜਨੀਤੀ ਵੋਟਾਂ ਵਾਸਤੇ ਕੀਤਾ ਸਾਰਾ, ਵੋਟਾਂ ਲੈਣ ਵਾਸਤੇ, ਜਿਹੜੀ ਚੀਜ਼ਾਂ ਦੀ ਰਾਹਤ ਦੇਣੀ ਚਾਹੀਦੀ ਤਾਂ ਦੇਣੀ ਨਹੀਂ। ਹਾਂਜੀ ਹਾਂਜੀ, ਰਾਹਤ ਇੱਕਦਮ ਹੈ ਨੀ ਗੀ, ਜਿਹੜਾ ਕਹਿ ਰਿਹਾ ਇਹ ਠੀਕ ਨੀ ਗਾ, ਠੀਕ ਨੀ ਗਾ। ਹੁਣ ਕਿਹੜੀ ਕਿਹੜੀ ਸਰਕਾਰ ਆਉਣੀ ਆ ਉਹ ਤਾਂ ਕੋਈ ਪਤਾ ਨਹੀਂ ਹੈਗਾ, ਹੈ ਚੰਗੀ ਸਰਕਾਰ ਆਵੇ ਜਿਹੜਾ ਸਾਰਿਆਂ ਨੂੰ ਰਾਹਤ ਕੀਤੀ ਜਾਵੇ, ਤਾਂ ਪੰਜਾਬ ਦਾ ਥੋੜ੍ਹਾ ਜਿਹਾ ਹੌਂਸਲਾ ਵੱਧ ਜਾਵੇ, ਹੈ ਕਿਸੇ ਵੋਟਾਂ ਚੰਗਿਆਂ ਨੂੰ ਪਾਈਆਂ ਜਾਣਗੀਆਂ ਤਾਂ ਹੀ ਚੰਗਾ ਬਣੂਗਾ ਸਰਕਾਰ ਦਾ। ਇੱਕ ਤਰ੍ਹਾਂ ਨਾਲ ਕਿਹਾ ਜਾਂਦਾ ਕਿ ਕਾਂਗਰਸ ਸਰਕਾਰ ਨੇ ਵਧੀਆ ਕੀਤਾ ਕਿ ਉਹਨਾਂ ਲਈ ਅੱਧਾ ਕਰਤਾ, ਪਰ ਇੰਨਾ ਵੀ ਵਧੀਆ ਨਹੀਂ ਕੀਤਾ, ਕਿਉਂਕਿ ਅਗਰ ਉਹ ਕਰਨਾ ਹੀ ਚਾਹੁੰਦੇ ਤਾਂ ਸਾਡੇ ਲਈ ਤਾਂ ਸਾਡੇ ਜਿਹੜੇ ਘਰ ਦੀ ਬਿਜਲੀ ਦੇ ਕਿਰਾਏ, ਬਿਜਲੀ ਆ ਉਹਨਾਂ ਦੇ ਬਿੱਲ ਘੱਟ ਕਰੇ ਜਾਵੇ, ਕਿਉਂਕਿ ਜਿਹੜੇ ਹੁੰਦੇ ਕਿ ਜਿਹੜੇ ਗਰੀਬ ਵਰਗ ਦੇ ਲੋਕ ਆ ਹੋਰ ਗਰੀਬ ਹੋ ਜਾਂਦੇ, ਕਿਉਂਕਿ ਉਹਨਾਂ ਸਿਰ ਬਿੱਲ ਇੰਨੇ ਜ਼ਿਆਦਾ ਆਏ ਵੇ ਹੁੰਦੇ, ਫੋਨਾਂ ਦੇ ਹੋਰ ਉਹਦੇ ਘਰ ਦੇ ਬਿਜਲੀ ਦੇ ਬਿੱਲ ਨਹੀਂ ਮੁੱਕਦੇ ਹੈਗੇ, ਅਤੇ ਬਾਕੀ ਹੋਰ ਵੀ ਸਿਲੰਡਰ ਵਗੈਰਾ, ਜਿਵੇਂ ਸਿਲੰਡਰ ਇੰਨਾ ਮਹਿੰਗਾ ਹੋਇਆ ਜੀ, 870 ਦਾ ਹੋ ਗਿਆ ਜੀ, ਅਤੇ ਅਗਰ ਕਰਨਾ ਹੀ ਚਾਹੁੰਦੀ ਸਰਕਾਰ ਤਾਂ ਵਾਕਈ ਕਰੇ, ਸਿਲੰਡਰ ਦਾ ਰੇਟ ਘੱਟ ਕਰੇ ਤਾਂ ਮੰਨਦੇ ਅਸੀਂ ਉਹਨਾਂ ਨੂੰ। ਇੱਕ ਤਰ੍ਹਾਂ ਨਾਲ ਬੱਸ ਦੇ ਕਿਰਾਏ ਦਾ ਉਹਨਾਂ ਨੇ ਰੇਟ ਅੱਧਾ ਕਰਕੇ ਕੁਛ ਖਾਸ ਕੰਮ ਨਹੀਂ ਕੀਤਾ ਜੀ, ਅਸੀਂ ਇੱਕ ਤਰ੍ਹਾਂ ਨਾਲ ਕਹਿ ਸਕਦੇ। ਕੁੜੀਆਂ ਸਿਕਿਓਰ ਨਹੀਂ ਹੈ ਜੀ, ਕੁੜੀਆਂ ਦੇ ਸਿਕਿਓਰ ਵਾਸਤੇ ਇਹਨਾਂ ਨੇ ਨਾ ਕੋਈ ਬਜਟ ਕਰਦੇ ਆ ਜੀ, ਅਸੀਂ ਕਿੱਦਾਂ ਕਹਿ ਰਹੇ ਕਿ ਇਹਨਾਂ ਨੇ ਵਧੀਆ ਕਰਤਾ ਜੀ, ਇੱਕ ਬੱਸ ਦੇ ਕਿਰਾਏ ਘੱਟ ਕਰਨੇ ਨਾਲ ਕੁਛ ਜ਼ਿਆਦਾ ਖਾਸ ਕੰਮ ਨਹੀਂ ਕੀਤਾ ਇਹਨਾਂ ਨੇ। ਜਿਵੇਂ ਹੁਣ ਔਰਤਾਂ ਦੀ ਚੱਲ ਸੋਚਾਂ ਉਹਨਾਂ ਨੇ ਇਹ ਵੀ ਠੀਕ ਹੈ, ਪਰ ਮੈਨੂੰ ਤਾਂ ਇੱਦਾਂ ਲੱਗਦਾ ਵੀ ਸਰਕਾਰ ਆਪਣੀ ਵੋਟਾਂ ਵਾਸਤੇ ਹੀ ਇਹ ਕੁਛ ਮਤਲਬ ਜਿਹੜਾ ਕਾਨੂੰਨ ਉਹ ਪਾਸ ਕਰ ਰਹੀ ਹੈ ਇਸ ਕਰਕੇ ਹੀ ਕਰ ਰਹੀ ਹੈ ਕਿ ਸਾਨੂੰ ਉਹਨਾਂ ਨੂੰ ਇੱਦਾਂ ਲੱਗੂਗਾ ਜਿਹੜੀ ਆਮ ਜਨਤਾ ਵੀ ਸਾਡੀ ਵੋਟਾਂ ਮਿਲੂੰਗੀਆਂ ਸਾਨੂੰ, ਅਤੇ ਪਰ ਨਹੀਂ, ਪਰ ਉਹਨਾਂ ਨੂੰ ਸਾਡੀ ਇਹੋ ਜਿਹੀ ਚੀਜ਼ਾਂ ਨੂੰ ਛੱਡ ਕੇ ਉਹਨਾਂ ਨੂੰ ਸਾਡੀ ਐਜੂਕੇਸ਼ਨ ਬਾਰੇ, ਸਾਡੀ ਸਿਕਿਉਰਟੀ ਬਾਰੇ ਸੋਚਣਾ ਚਾਹੀਦਾ ਹੈ। ਜਿੱਥੇ ਸਾਨੂੰ ਐਜੂਕੇਸ਼ਨ ਸਾਡੀ ਸਿਕਿਉਰ ਨਹੀਂ ਹੈਗੀ ਬਿਲਕੁਲ ਵੀ, ਉੱਥੇ ਸਾਡੀ ਸਿਕਿਉਰਟੀ ਵੀ ਸਿਕਿਉਰ ਨਹੀਂ ਹੈਗੀ। ਅਤੇ ਮੈਂ ਤਾਂ ਇੱਦਾਂ ਕਹੂੰਗੀ ਕਿ ਜਿਹੜਾ ਉਹਨਾਂ ਨੇ ਬੱਸਾਂ ਦਾ ਕਿਰਾਇਆ ਘੱਟ ਕੀਤਾ ਔਰਤਾਂ ਲਈ, ਬਿਲਕੁਲ ਮਤਲਬ ਇੱਦਾਂ ਲੱਗਦਾ ਹੈ ਕਿ ਉਹ ਵੋਟਾਂ ਵਾਸਤੇ ਹੀ ਕਰ ਰਹੇ ਨੇ। ਮੈਂ ਇਹ ਕਹਿਣਾ ਚਾਹਤੀ ਹੂੰ ਵੀ ਜੋ ਇਹਨਾਂ ਨੇ ਬੱਸੋਂ ਦਾ ਕਿਰਾਇਆ ਕੰਮ ਕੀਆ ਹੈ, ਇੱਕ ਤਾਂ ਬੱਸਿਸ ਇਤਨੀ ਸਰਕਾਰੀ ਬੱਸਿਸ ਇਤਨੀ ਜ਼ਿਆਦਾ ਨਹੀਂ ਹੈ, ਪ੍ਰਾਈਵੇਟ ਬੱਸਾਂ ਹੀ ਜ਼ਿਆਦਾ ਚਲਤੀ ਹੈ, ਵੀ ਸਰਕਾਰੀ ਬੱਸਿਸ ਆਪ ਜ਼ਿਆਦਾ ਚਲਾਓ ਤਾਂ ਵੀ ਹਮੇਂ ਫਾਇਦਾ ਹੋਏਗਾ।
भी हम कर सकते हैं। और वैसे भी इन्होंने वादा किया था कि PhD तक सबकी गर्ल्स की जो वो एजुकेशन वो फ्री करेंगे, अभी तक कुछ हुआ नहीं है, हमें अभी हमें देने पड़ते हैं। और ये इतनी पोस्टें खाली हैं और ये क्या कर रहे हैं टीचर्स वगैरह की जो उनको निकाल रहे हैं, ये तो सही नहीं है, गलत बात हो रही है। ये तो मतलब सानू इस चीज़ ना मैनू नहीं लगता कोई फायदा है कि हाफ कर दिता, जब सानू कोई इंप्लॉयमेंट नहीं है, कोई साढ़े एजुकेशन सिस्टम बढ़िया ही नहीं है। जब सानू इंप्लॉयमेंट मिल जूंगे इन्ने किराए दे कट करन नाल मैनू नहीं लगता कोई फायदा होगा। जब साढ़े कोल इंप्लॉयमेंट होगी असं किराया दे दूंगे, इंप्लॉयमेंट है नहीं ना कोई स्टडी एजुकेशन बढ़िया है कि सानू लगे कि सानू इंप्लॉयमेंट मिलूंगा, पढ़ाई का सानू कोई फायदा नहीं लग रहा कि सानू मिलूंगा, कोई इंप्लॉयमेंट गवर्नमेंट दे ही नहीं रही हैगी। ਸਾਨੂੰ ਇੰਪਲੋਇਮੈਂਟ ਮਿਲ ਗਈ ਅਸੀਂ ਕਿਰਾਇਆ ਦੇ ਦੂੰਗੇ, ਸਾਨੂੰ ਨਹੀਂ ਲੱਗਦਾ ਸਾਨੂੰ ਇਸ ਕਿਰਾਏ ਦਾ ਕੋਈ ਫਾਇਦਾ ਹੋਊਗਾ। ਇਹ ਤਾਂ ਕੁਛ ਨਹੀਂ ਹੈ ਜੀ, ਮੇਨ ਗੱਲ ਤਾਂ ਇਹ ਹੈਗੀ ਜਿਹੜੇ ਪੜ੍ਹੇ ਲਿਖੇ ਬੱਚੇ ਉਹਨਾਂ ਨੂੰ ਰੁਜ਼ਗਾਰ ਦਿੱਤਾ ਜਾਵੇ, ਇਹੋ ਜਿਹੀਆਂ ਸਹੂਲਤਾਂ ਨਾਲ ਤਾਂ ਕੁਛ ਵੀ ਨਹੀਂ ਬਣਦਾ, ਇਹ ਤਾਂ ਕਾਗਜ਼ੀ ਕਾਰਵਾਈ ਹੋ ਜਾਂਦੀ ਹੈ, ਕਹਿਣ ਦੀਆਂ ਗੱਲਾਂ ਹੀ ਹੁੰਦਾ ਕੁਛ ਨਹੀਂ ਹੈ। ਬੱਚਿਆਂ ਨੂੰ ਰੁਜ਼ਗਾਰ ਆਪਣੇ ਪੈਰਾਂ 'ਤੇ ਖੜਾ ਹੁੰਦਾ, ਆਪਣੇ ਪੈਰਾਂ 'ਤੇ ਖੜੇ, ਜਿਹੜੇ ਲੋਕਾਂ ਨੂੰ ਆਟਾ ਦਾਲ ਦੇ ਰਹੇ ਤਾਂ ਮੰਗਤੇ ਬਣਾ ਕੇ ਰੱਖਿਆ ਹੋਇਆ ਨਾ, ਰੁਜ਼ਗਾਰ ਦੀਆਂ ਨੇ ਇੰਨੇ ਬੱਚੇ ਪੜ੍ਹੇ ਲਿਖੇ ਅੱਜ ਬਾਹਰ ਵਿਦੇਸ਼ਾਂ 'ਚ ਜਾ ਰਹੇ, ਧੱਕੇ ਖਾ ਰਹੇ, ਉੱਥੇ ਵੀ ਇੱਧਰ ਵੀ ਜ਼ਮੀਨਾਂ ਵੇਚੀਆਂ ਆ ਬਾਈ, ਹਾਲੇ ਤਾਂ ਕੋਈ ਪਤਾ ਨਹੀਂ ਹੈ, ਅੱਧਾ ਅੱਧਾ ਲੈਂਦੇ ਕਿਰਾਏ ਸਾਡੇ ਤਾਂ ਪੂਰੇ ਹੀ ਲੈਂਦੇ ਆ। ਅੱਛਾ ਵੀ ਜਿਹੜਾ ਐਲਾਨ ਕੀਤਾ ਕਿਆ ਲੱਗਦਾ ਜਾਂ ਕਿੱਦਾਂ ਦਾ ਫਾਇਦਾ ਹੋਊਗਾ ਔਰਤਾਂ ਨੂੰ, ਕਿਆ ਨਹੀਂ ਕਿਆ ਕਹਿ ਸਕਦੇ ਬਾਈ, ਨਹੀਂ ਕਿਰਾਇਆ ਤਾਂ ਅੱਧਾ ਕਰਨ ਦਾ ਐਲਾਨ ਕੀਤਾ, ਕੀ ਮੰਨਦੇ ਹੋ ਅੱਗੇ ਕੀ ਹੋਣਾ ਚਾਹੀਦਾ? ਵੀ ਇਹ ਸਿਲੰਡਰ ਘੱਟ ਕਰੋ ਜੀ, ਵੀ ਹੋਰ ਜਿਹੜੇ ਮਤਲਬ ਗਰੀਬਾਂ ਨੂੰ ਨੌਕਰੀਆਂ ਵਗੈਰਾ ਮਤਲਬ ਸਭ ਦਿਓ, ਜਿਹਨੂੰ ਨੌਕਰੀਆਂ ਦਿਓ, ਭੁੱਖੇ ਮਤਲਬ ਉਹਨਾਂ ਦੀ ਗਰੀਬੀ ਕੱਟਦੇ ਆ, ਉਹ ਇਹ ਕਰੋ। ਭਾਅ ਜੀ ਕੀ ਨਾਮ ਹੈ ਜੀ ਆਪਣਾ? ਦਰਸ਼ਨ ਸਿੰਘ ਹੈ ਜੀ। ਕਿਹੜੇ ਡਿਪਾਰਟਮੈਂਟ? ਪੰਜਾਬ ਰੋਡਵੇਜ਼ 'ਚ। ਅੱਛਾ ਭਾਅ ਜੀ, ਜਿਹੜਾ ਬੱਸ ਕਿਰਾਇਆ ਅੱਧਾ ਕਰਨ ਦਾ ਐਲਾਨ ਕੀਤਾ ਸ਼ੁਰੂ ਹੋ ਗਿਆ ਕਿ ਨਹੀਂ? ਉਹ ਨਹੀਂ ਜੀ, ਅਜੇ ਡਿਪੂਆਂ ਨੂੰ ਕੋਈ ਆਰਡਰ ਨਹੀਂ ਆਇਆ ਜੀ। ਅੱਛਾ ਅੱਛਾ, ਅਤੇ ਕਿਸ ਤਰ੍ਹਾਂ ਜਿਹੜਾ ਬੱਸ ਕਿਰਾਇਆ ਅੱਧਾ ਕਿੱਦਾਂ ਲਿਆ ਜਾਊਗਾ? ਟਿਕਟਾਂ ਸਪੈਸ਼ਲ ਆਉਂਗੀ ਇਹਦੇ ਵਾਸਤੇ ਕੀ ਹੋਊਗਾ? ਨਹੀਂ ਜੀ, ਇਹ ਤਾਂ ਮਸ਼ੀਨ ਦੇ ਵਿੱਚ ਹਾਫ ਟਿਕਟ ਹੋਊਗੀ ਜੀ ਫਿਰ। ਅੱਛਾ, ਜਿਵੇਂ ਵੀ ਮਹਿਕਮਾ ਕਰੂਗਾ ਅਤੇ ਉੱਪਰ ਆਰਡਰ ਆਉਣਗੇ ਮਹਿਕਮੇ ਨੂੰ ਤੋਂ ਡਿਪੂਆਂ ਨੂੰ ਆਰਡਰ ਆਉਣਗੇ ਫਿਰ ਹੀ ਹੋਣੇ ਜੀ। ਹਾਲੇ ਜਿਹੜਾ ਪੂਰਾ ਕਿਰਾਇਆ ਹੀ ਲੱਗ ਗਿਆ ਪੂਰਾ? ਹਜੇ ਤਾਂ ਪੂਰਾ ਹੀ ਲੱਗ ਰਿਹਾ ਜੀ। ਸੋ ਸੁਣਿਆ ਤੁਸੀਂ ਸਰਕਾਰ ਦੇ ਇਸ ਫੈਸਲੇ ਨੂੰ ਲੈ ਕੇ ਕੀ ਕਹਿਣਾ ਹੈ ਲੜਕੀਆਂ ਦਾ, ਔਰਤਾਂ ਦਾ, ਅਤੇ ਰਲਿਆ ਮਿਲਿਆ ਜਵਾਬ ਲੋਕਾਂ ਵੱਲੋਂ ਦਿੱਤਾ ਗਿਆ ਹੈ, ਔਰਤਾਂ ਵੱਲੋਂ ਦਿੱਤਾ ਗਿਆ ਹੈ। ਜ਼ਿਆਦਾਤਰ ਲੜਕੀਆਂ ਨੇ ਇਹੋ ਮੰਗ ਕੀਤੀ ਹੈ ਕਿ ਬੱਸ ਕਿਰਾਇਆ ਨਹੀਂ ਚਾਹੀਦਾ ਉਹਨਾਂ ਨੂੰ, ਉਹਨਾਂ ਨੂੰ ਰੋਜ਼ਗਾਰ ਚਾਹੀਦਾ ਹੈ, ਜਦੋਂ ਆਪਣੇ ਪੈਰਾਂ 'ਤੇ ਖੜੀਆਂ ਹੋਣ ਜਾਣਗੀਆਂ ਉਹਨਾਂ ਨੂੰ ਰੋਜ਼ਗਾਰ ਮਿਲ ਜਾਏਗਾ ਅਤੇ ਬੱਸ ਕਿਰਾਇਆ ਉਹ ਖੁਦ ਲਗਾ ਲੈਣਗੀਆਂ, ਕਿਉਂਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹੈ। ਪੜ੍ਹੇ ਲਿਖੇ ਨੌਜਵਾਨ ਜਿਹੜੇ ਹੈਗੇ ਆ, ਲੜਕੀਆਂ ਖਾਸ ਕਰਕੇ ਵਿਹਲੇ ਘੁੰਮ ਰਹੇ ਆ, ਉਹਨਾਂ ਦੇ ਕੋਲ ਰੋਜ਼ਗਾਰ ਨਹੀਂ ਹੈ, ਸ਼ੋਸ਼ਣ ਕੀਤਾ ਜਾ ਰਿਹਾ ਹੈ, 5-5 ਹਜ਼ਾਰ ਦੀ ਨੌਕਰੀ ਦਿੱਤੀ ਜਾ ਰਹੀ ਹੈ, ਉਹਨਾਂ ਨੂੰ ਸ਼ੋਸ਼ਣ ਕੀਤਾ ਜਾ ਰਿਹਾ ਹੈ। ਅਤੇ ਜ਼ਿਆਦਾਤਰ ਲੋਕਾਂ ਦਾ ਇਹ ਵੀ ਸਵਾਲ ਇਹ ਹੈ ਕਿ ਬਿਜਲੀ ਦੇ ਦੀ ਦਰਾਂ ਬਹੁਤ ਜ਼ਿਆਦਾ ਮਹਿੰਗੀਆਂ ਨੇ ਪੰਜਾਬ ਦੇ ਵਿੱਚ, ਉਹ ਘੱਟ ਹੋਣੀਆਂ ਚਾਹੀਦੀਆਂ ਹੈ, ਵਾਧੂ ਜਿਹੜਾ ਹੈਗਾ ਪੰਜਾਬੀਆਂ 'ਤੇ ਬਿਜਲੀ ਦਾ ਬੋਝ ਜਿਹੜਾ ਹੈਗਾ ਬਿੱਲਾਂ ਦਾ ਪਿਆ ਹੋਇਆ ਹੈ, ਉਹ ਤੋਂ ਰਾਹਤ ਦੇਵੇ ਸਰਕਾਰ, ਤਾਂ ਹੀ ਜਿਹੜਾ ਹੈਗਾ ਸਰਕਾਰ ਦੇ ਜਿਹੜੇ ਹੈਗੇ ਆ ਇਮੇਜ ਖਰਾਬ ਹੋਈ ਆ ਲੋਕਾਂ ਦੇ ਵਿੱਚ ਸਰਕਾਰ ਦੀ, ਉਹ ਕੁਝ ਠੀਕ ਹੋ ਸਕਦੀ ਆ। ਕਿਤੇ ਨਾ ਕਿਤੇ ਚਰਚਾ ਇਹ ਵੀ ਆ ਵਿਰੋਧੀਆਂ ਵੱਲੋਂ ਕਿ ਇਹ ਫੈਸਲਾ ਸਿਰਫ ਇੱਕ ਵੋਟ ਬੈਂਕ ਬਟੋਰਨ ਦੇ ਲਈ ਕੀਤਾ ਗਿਆ, ਇੱਕ ਰਾਜਨੀਤਿਕ ਜਿਹੜੀ ਹੈਗੀ ਖੇਡ ਖੇਡ ਰਹੀ ਹੈ ਸਰਕਾਰ ਦਿੱਲੀ ਦੀ ਤਰਜ਼ 'ਤੇ, ਪਰੰਤੂ ਫਿਰ ਵੀ ਸਰਕਾਰ ਤੋਂ ਰੀਸ ਨਹੀਂ ਹੋਈ ਦਿੱਲੀ ਸਰਕਾਰ ਦੀ, ਕਿਉਂਕਿ ਦਿੱਲੀ ਦੇ ਵਿੱਚ ਔਰਤਾਂ ਦਾ ਕਿਰਾਇਆ ਜ਼ੀਰੋ ਹੈ, ਬਿਲਕੁਲ ਮਾਫ਼ ਹੈ। ਪੰਜਾਬ ਦੇ ਵਿੱਚ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਅੱਧੇ ਬੱਸ ਕਿਰਾਏ ਦਾ, ਹੁਣ ਦੇਖਣਾ ਹੋਵੇਗਾ ਕਿ ਸਰਕਾਰ ਨੂੰ ਕਾਂਗਰਸ ਪਾਰਟੀ ਨੂੰ ਇਸ ਦਾ ਕਿੰਨਾ ਕੁ ਫਾਇਦਾ ਹੁੰਦਾ ਹੈ, ਆਉਣ ਵਾਲੀਆਂ ਵੋਟਾਂ ਵਿੱਚ ਇਸ ਦਾ ਲਾਭ ਮਿਲਦਾ ਹੈ ਜਾਂ ਫਿਰ ਇਹ ਮਹਿਜ ਇੱਕ
ਵੋਟ ਰਾਜਨੀਤੀ ਦਾ ਡਰਾਮਾ ਬਣ ਕੇ ਰਹਿ ਜਾਏਗਾ। ਰੂਪਨਗਰ ਤੋਂ ਕੈਮਰਾਮੈਨ ਹਨੀ ਦੇ ਨਾਲ ਸੱਜਣ ਸੈਣੀ, ਪੰਜਾਬੀ ਲੋਕ ਚੈਨਲ।